ਇਹ ਉਛਲਣ ਵਾਲੀਆਂ ਗੇਂਦਾਂ ਵਿਗਿਆਨ ਦਾ ਬਹੁਤ ਹੀ ਚੰਗਾ ਪ੍ਰੀਖਣ ਹਨ। ਦੋ ਉਛਲਣ ਵਾਲੀਆਂ ਗੇਂਦਾਂ ਲਓ ਅਤੇ ਇੱਕ ਲੰਬੀ ਸੂਈ ਦੀ ਸਹਾਇਤਾ ਨਾਲ ਉਹਨਾਂ ਦੇ ਵਿੱਚ ਧਾਗਾ ਪਾ ਲਓ। ਧਾਗੇ ਦੇ ਅਖੀਰ 'ਤੇ ਇੱਕ ਗੱਠ ਮੰਨ ਲਓ। ਇਸ ਨਾਲ ਧਾਗਾ ਬਾਹਰ ਨਹੀਂ ਆਵੇਗਾ। ਇਸ ਤਰ੍ਹਾਂ ਦੂਜੀ ਗੇਂਦ ਵਿੱਚ ਵੀ ਧਾਗੇ ਨੂੰ ਲੰਘਾਓ। ਇਸ ਤਰ੍ਹਾਂ ਧਾਗੇ ਦੇ ਦੋਨਾਂ ਪਾਸੇ ਗੇਂਦਾਂ ਹੋ ਜਾਣਗੀਆਂ। ਇਸ ਤਰ੍ਹਾਂ ਹਲਕੀਆਂ ਅਤੇ ਭਾਰੀਆਂ ਗੇਂਦਾਂ ਖੂਬ ਸਾਰੇ ਜੋੜੇ ਬਣਾ ਲਓ। ਪਹਿਲਾਂ ਦੋ ਇੱਕੋ ਜਿਹੀਆਂ ਗੇਂਦਾਂ ਲਓ, ਉਹਨਾਂ ਨੂੰ ਵਿਚਕਾਰ ਤੋਂ ਟੰਗ ਦਿਓ, ਫਿਰ ਇੱਕ ਗੇਂਦ ਨੂੰ ਦੂਰ ਲੈ ਜਾਓ ਅਤੇ ਛੱਡ ਦਿਓ। ਗੇਂਦਾਂ ਇੱਕ ਦੂਜੇ ਨਾਲ ਟਕਰਾਉਣਗੀਆਂ ਅਤੇ ਵਾਪਸ ਆ ਜਾਣਗੀਆਂ। ਧਾਗੇ ਨੂੰ ਉੱਪਰ ਅਤੇ ਥੱਲੇ ਕਰਨ ਨਾਲ ਉਛਲਣੀਆਂ ਸ਼ੁਰੂ ਹੋ ਜਾਣਗੀਆਂ। ਇਸ ਵਿੱਚ ਬਹੁਤ ਹੀ ਆਨੰਦ ਆਵੇਗਾ। ਧਿਆਨ ਦੇਣਾ ਕਿ ਇੱਕੋ ਜਿਹੇ ਭਾਰ ਵਾਲੀਆਂ ਗੇਂਦਾਂ ਇੱਕੋ ਜਿੰਨੀ ਦੂਰੀ 'ਤੇ ਰਹਿਣਗੀਆਂ। ਇਹ ਕੰਜ਼ਰਵੇਸ਼ਨ ਆਫ ਮੋਮੈਂਟਮ ਹੈ। ਫਿਰ ਹਲਕੀ ਗੇਂਦ ਨੂੰ ਭਾਰੀ ਗੇਂਦ ਨਾਲ ਉਛਾਲੋ। ਉਛਾਲਣ ਨਾਲ ਹਲਕੀ ਗੇਂਦ ਜ਼ਿਆਦਾ ਦੂਰ ਜਾਵੇਗੀ, ਭਾਰੀ ਗੇਂਦ ਜ਼ਿਆਦਾ ਦੂਰ ਨਹੀਂ ਜਾਵੇਗੀ। ਅਤੇ ਇਹ ਹੀ ਅਨੁਮਾਨ ਲਗਾਇਆ ਗਿਆ ਸੀ।